ਪਰਮ ਸਨਮਾਨ ਯੋਗ ਗੁਰੂ ਗੁਰੂ ਖਾਲਸਾ ਸਾਹਿਬ ਸ੍ਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਤਿਗੁਰਾਂ ਦੇ ਕਿਰਪਾ ਦੇ ਨਾਲ ਅੱਜ ਧੰਨ ਬਾਬਾ ਬੁੱਢਾ ਸਾਹਿਬ ਜੀ ਅਸਥਾਨ ਮੈਂ ਕਹਿੰਦਾ ਵਿਖਾਓ ਜੀ ਦਰਸ਼ਨ ਕਰਾਓ। ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿੱਥੋਂ ਵਾਰ ਪ੍ਰਾਪਤ ਹੋਇਆ ਬਾਬਾ ਬੁੱਢਾ ਸਾਹਿਬ ਜੀ ਤੋਂ ਰਾਜ ਉੱਥੇ ਦਰਸ਼ਨ ਦੁਆਰੇ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਿੱਥੇ ਜਦੋਂ ਦਾ ਵੀ ਕਿਸਾਨੀ ਮੋਰਚਾ ਲੱਗਾ ਹੈ ਭਾਰਤ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਥੋਪੇ ਗਏ ਨੇ ਜੋ ਕਿਸਾਨਾਂ 'ਤੇ ਸੰਗਤਾਂ ਦੇ ਰੂਪ 'ਚ ਚਾਰੇ ਬਾਰਡਰਾਂ 'ਤੇ ਦਿੱਲੀ ਵਿਖੇ ਜੋ ਉੱਥੇ ਸੰਗਤਾਂ ਸੰਗੀਆਂ ਨੇ ਜਿੱਥੇ ਹੋਰ ਸੰਤਾਂ ਮਾਤਾ ਮਹਾਂਪੁਰਖਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਗਈ ਹੈ ਹੋਰ ਵੀ ਜਥੇਬੰਦੀਆਂ ਸੇਵਾ ਕਰ ਰਹੀਆਂ ਨੇ ਜੋ ਉੱਥੇ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਸਤਿਕਾਰਯੋਗ ਸਿੰਘ ਸਾਹਿਬ ਜੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਤੀ ਜੈ ਮਰਦੇ ਮੁਜਾਹਿਦ ਦਮਦਮੀ ਟਕਸਾਲ ਦੇ ਚੌਥਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਵੱਲੋਂ ਜੋ 1 ਤਰੀਕ ਤੋਂ ਹੀ ਜਾ ਕੇ ਮੁੜਕੇ 2 ਦਸੰਬਰ ਤੋਂ 24 ਘੰਟੇ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲਦੀਆਂ ਜੋ ਆਰ ਓ ਲੱਗੇ ਹੋਏ ਨੇ ਫਿਲਟਰ ਲੱਗੇ ਹੋਏ ਨੇ ਮੋਟਰ ਦੇ ਬੋਰਡ ਕੀਤਾ ਹੋਇਆ ਹੈ ਅਤੇ 250 ਸਿੰਘਾਂ ਦਾ ਰੈਣ ਬਸੇਰਾ ਕੀਤਾ ਹੋਇਆ ਹੈ ਅਤੇ 24 ਘੰਟੇ ਗੁਰੂ ਕਾ ਲੰਗਰ ਅਤੇ ਮੈਡੀਕਲ ਕੈਂਪ ਦਸਤਾਰਾਂ ਦੇ ਲੰਗਰ ਉੱਥੇ ਚੱਲ ਰਹੇ ਨੇ। ਜੇ ਕੋਈ ਪਤਤ ਹੈ ਸਿੱਖ ਕੋਈ ਦਾੜੀ ਕੇਸ ਰੱਖਣ ਨੂੰ ਤਿਆਰ ਹੁੰਦਾ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਜਾਂਦੀਆਂ ਨੇ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ। ਸੋ ਸਾਧ ਸਿੰਘ ਜੀ ਗੁਰੂ ਕੀ ਬਾਣੀ ਦੀ ਸੰਥਿਆ ਉੱਥੇ ਕਰਾਈ ਜਾ ਰਹੀ ਹੈ ਜੋ ਦਾਸ ਵੀ 2 ਦਸੰਬਰ ਤੋਂ ਲੈ ਕੇ ਜੋ ਹੁਣ ਤੱਕ ਉੱਥੇ ਸਿੰਘ ਸਾਹਿਬ ਜੀ ਦੇ ਨਾਲ ਹੈ ਅਤੇ ਅੱਜ ਜੋ ਸਿੰਘ ਸਾਹਿਬ ਜੀ ਤੋਂ ਛੁੱਟੀ ਲੈ ਕੇ ਕੁਝ ਦਿਨਾਂ ਕਰਕੇ ਆਏ ਸਾਂ ਜਿੱਥੇ ਗੁਰੂ ਦੀਆਂ ਸੰਗਤਾਂ ਇਲਾਕੇ 'ਚੋਂ 8-10 ਬੱਸਾਂ ਜਾਂਦੀਆਂ ਸੀ। ਸੋ ਮੈਂ ਕਹਿੰਦਾ 4-5 ਮਹੀਨਿਆਂ ਤੋਂ ਬਾਅਦ ਅੱਜ ਫਿਰ ਅਸੀਂ ਸੰਗਤ ਉਹਦਾ ਸੰਗਤਾਂ ਜਾਂਦੀਆਂ ਹੋਣਗੀਆਂ ਪਰ ਸੰਗਤਾਂ ਦੇ ਰੂਪ ਦੇ ਵਿੱਚ ਅੱਜ ਅਸੀਂ ਆਏ ਹਾਂ ਇਸ ਦਾ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਬੀੜ ਬਾਬਾ ਬੁੱਢਾ ਸਾਹਿਬ ਦੇ ਸਥਾਨਾਂ 'ਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਹੁਣ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਹਿਬ ਜੀ ਦੇ ਪੰਥਕ ਸਾਹਿਬ ਸੰਗਤਾਂ ਨੇ ਜਾਣਾ ਹੈ। ਸੋ ਸਾਰੇ ਗੁਰੂ ਨਾਨਕ ਨਾਮ ਨਾਮ ਨੇਵਾ ਗੁਰੂ ਕੇ ਸਿੱਖਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪਾਂ ਅਰਦਾਸ ਵੀ ਕਰੋ ਇਹ ਮੋਰਚਾ ਉੱਥੇ ਫਤਿਹ ਹੋਵੇ। ਜਿਹੜੇ ਪੁਰਾਣੀ ਗੁਰਮੁਖ ਪਿਆਰੇ ਕਿਸਾਨ ਸਿੰਘ ਬੈਠੇ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਇਹ ਕਾਲੇ ਕਾਨੂੰਨ ਇਹ ਛੇਤੀ ਤੋਂ ਛੇਤੀ ਰੱਦ ਹੋਣ ਇਹ ਵੀ ਆਪਾਂ ਅਰਦਾਸ ਕਰੀਏ। ਵੱਧ ਚੜ੍ਹ ਕੇ ਜਿੰਨੀਆਂ ਗੁਰੂ ਦੀਆਂ ਸੰਗਤਾਂ ਇੱਥੇ ਹਾਜ਼ਰ ਨੇ ਸਾਰੀਆਂ ਗੁਰੂ ਦੀਆਂ ਸੰਗਤਾਂ 'ਤੇ ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ। ਸੋ ਅਸੀਂ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਿੰਘ ਸਾਹਿਬ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਦਾਸ ਨੂੰ ਜੋ ਇਹ ਸਮਾਂ ਥੋੜ੍ਹਾ ਜਿਹਾ ਬਖਸ਼ਿਆ ਹੈ ਕਿ ਭਾਈ ਜਾ ਕੇ ਸੰਗਤਾਂ ਦੇ ਦਰਸ਼ਨ ਦੁਆਰੇ ਕਰਕੇ ਆਓ ਜਾ ਕੇ। ਮੈਂ ਸਿੰਘ ਸਾਹਿਬ ਜੀ ਦਾ ਸੰਗਤਾਂ ਦਾ ਬਹੁਤ ਬਹੁਤ ਰਿਣੀ ਆ ਧੰਨਵਾਦ ਹਾਂ ਅਰਦਾਸ ਕਰਦਾ ਮਹਾਰਾਜ ਸਿੰਘ ਸਾਹਿਬ ਜੀ ਦੇ ਸੀਸ 'ਤੇ ਮਿਹਰ ਭਰੇ ਹੱਥ ਰੱਖਣ ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਇਹ ਸੇਵਾ ਉੱਥੇ ਲੱਗੀ ਹੈ ਚੜ੍ਹਦੀ ਕਲਾ ਦੇ ਨਾਲ ਇਹ ਸੇਵਾ ਸਿੰਘ ਸਾਹਿਬ ਜੀ ਅੱਗੇ ਵਾਸਤੇ ਨਿਭਾਈ ਜਾਣ। ਮੈਂ ਇਹ ਗੱਲ ਦੱਸਣੀ ਚਾਹੁੰਦਾ ਹੈ ਕਿ ਜਿੱਥੇ ਲਾਈਵ ਮੰਜੀ ਸਾਹਿਬ ਦਵਾਨਹਾਲ ਤੋਂ ਵੀ ਸਿੰਘ ਸਾਹਿਬ ਜੀ ਕਥਾ ਆਉਂਦੀ ਹੈ ਉਹਨਾਂ ਦੀ ਜੇ 5-6 ਜੂਨ ਨੂੰ ਵੀ ਸੀ ਮੰਗਲਾ ਸਾਹਿਬ ਤੋਂ ਵੀ ਅਤੇ ਜਿੱਥੇ ਉਂਝ ਵੀ ਕਥਾ ਵਾਚਕ ਨੇ ਗੁਣੀ ਗਿਆਨੀ ਨੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਨੇ ਬਹੁਤ ਵੱਡਾ ਸਿੰਘ ਸਾਹਿਬ ਜੀ ਦਾ ਯੋਗਦਾਨ ਹੈ। ਅਸੀਂ ਅਰਦਾਸ ਕਰਦੇ ਮਹਾਰਾਜ ਸਿੰਘ ਸਾਹਿਬ ਜੀ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖੋ ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਗੁਰੂ ਸਾਹਿਬ ਜੀ ਮਿਲਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਸਾਰੀਆਂ ਸੰਗਤਾਂ ਜਕਾਰਾ ਇੱਕ ਵਾਹਿਗੁਰੂ ਜੀ ਕਾ ਖਾਲਸਾ।